ਵਿੱਚ ਹਾਲਤ ਤਾਂਗ ਸਾਧ ਸੰਗਤ ਜੀ 1933 ਭਾਦੋਂ ਦਾ ਜ਼ਿਕਰ ਭਾਦੋਂ ਮਹੀਨੇ ਦੀ ਪੂਰਨਮਾਸ਼ੀ ਹੈ ਸਾਧ ਸੰਗਤ ਜੀ ਪਤਾ ਲੱਗਿਆ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਹੁਣ ਕਲੇਰਾਂ ਵਿਖੇ ਹੀ ਨੇ ਆਖੋ ਸਤਨਾਮ ਵਾਹਿਗੁਰੂ ਪਿੰਡ ਤੋਂ ਹੀ ਭਾਈ ਹਜੂਰਾ ਸਿੰਘ ਤੇ ਭਾਈ ਬਰਿਆਮ ਸਿੰਘ ਇਹ ਦੋਵੇਂ ਸਾਥੀ ਨਾਲ ਨੇ ਅੱਜ ਬਾਬਾ ਜੀ ਦੇ ਦਰਸ਼ਨਾਂ ਨੂੰ ਕਲੇਰਾਂ ਵਿਖੇ ਚਾਲੇ ਪਾ ਲਏ ਬਾਬਾ ਜੀ ਨੇ ਬੁਟਾਰੀ ਰੁੜਕਾ ਡੇਲੋਂ ਕਿਲਾ ਰਾਏਪੁਰ ਨਾਰੰਗਵਾਲ ਢਾਈਪੀ ਨਗਰਾਂ ਦੇ ਵਿੱਚ ਦੀ ਹੁੰਦੇ ਹੋਏ ਮੁੱਲਾਪੁਰ ਪਹੁੰਚੇ ਮੁੱਲਾਪੁਰ ਤੋਂ ਬੱਸ ਦੇ ਰਾਹੀਂ ਜਗਰਾਓਂ ਪਹੁੰਚ ਗਏ ਜਗਰਾਓਂ ਤੋਂ ਟਾਂਗਾ ਲਿਆ ਕਲੇਰਾਂ ਪਹੁੰਚ ਗਏ ਸ਼ਾਮ ਦਾ ਟਾਈਮ ਦੀਵਾਨ ਸਜਿਆ ਹੋਇਆ ਹੈ ਦੁਨੀਆਂ ਦੇ ਮਾਲਕ ਤਖਤਾਂ ਤਾਜਾਂ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉੱਚੇ ਸੁੰਦਰ ਆਸਣਾਂ ਦੇ ਉੱਤੇ ਵਿਰਾਜਮਾਨ ਨੇ ਫਿਰ ਰਾਗੀਆਂ ਫਿਰ ਉਸ ਤੋਂ ਨੀਚੇ ਸੰਗਤ ਬੈਠੀ ਹੈ ਤੇ ਸੰਗਤ ਨਾਲੋਂ ਵੀ ਨੀਵੇਂ ਟੋਇਆ ਪੁੱਟ ਕੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਬੈਠੇ ਨੇ ਆਖੋ ਸਤਨਾਮ ਵਾਹਿਗੁਰੂ ਉਹਨਾਂ ਵਰਗੀ ਨਹੀਂ ਨਿਮਰਤਾ ਕਿਤੇ ਮਿਲ ਸਕਦੀ ਨਹੀਂ ਹੋ ਸਕਦੀ ਦੀਵਾਨ ਸਜਿਆ ਹੋਇਆ ਨਮਸਕਾਰ ਕੀਤੀ ਬਾਬਾ ਜੀ ਨੇ ਬਾਬਾ ਜੀ ਕਲੇਰਾਂ ਵਾਲੇ ਸਮਾਧੀ ਵਿੱਚ ਨੇ ਗਰੀਬ ਨਿਵਾਜ ਬਾਬਾ ਜੀ ਸਿਆੜ ਸਾਹਿਬ ਵਾਲੇ ਨਮਸਕਾਰ ਕਰਕੇ ਸੇਵਾਦਾਰ ਪੱਖਾ ਜਿਹੜਾ ਉਹ ਹੱਥ ਪੱਖਾ ਝੱਲ ਰਿਹਾ ਸੀ ਬਾਬਾ ਜੀ ਨੂੰ ਬੇਨਤੀ ਕਰਕੇ ਉਹ ਪੱਖਾ ਫੜ ਲਿਆ ਵੀ ਮੈਂ ਸੇਵਾ ਕਰਨਾ ਲਾਗੇ ਪੱਖਾ ਚੱਲਣ ਸੇਵਾ ਕਰਨ ਜਦੋਂ ਬਾਬਾ ਜੀ ਸਮਾਧੀ ਖੁੱਲ੍ਹੀ ਜਾਣੀ ਜਾਣਦੇ ਗਰੀਬ ਨਿਵਾਜ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਵੱਲ ਤੱਕਿਆ ਸਤ ਸੰਗਤ ਜੀ ਬਾਬਾ ਜੀ ਨੇ ਤੱਕਿਆ ਕੀਰਤਨੀਆਂ ਨੂੰ ਰੁਕਣ ਦਾ ਇਸ਼ਾਰਾ ਕਰ ਦਿੱਤਾ ਕੀਰਤਨੀਏ ਰੁਕ ਗਏ ਸਤ ਸੰਗਤ ਜੀ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਪੁੱਛਦੇ ਨੇ ਕਿੱਥੋਂ ਆਏ ਆ ਤੇ ਕਾਤੋਂ ਇੱਥੇ ਆਇਆ ਪੁੱਛਿਆ ਬਾਬਾ ਆਨੰਦ ਸਿੰਘ ਨੇ ਉਹ ਕਿੱਥੋਂ ਆਏ ਆ ਤੇ ਕਾਤੋਂ ਇੱਥੇ ਆਇਆ ਪੁੱਛਿਆ ਬਾਬਾ ਆਨੰਦ ਸਿੰਘ ਬਾਬਾ ਜੀ ਨੇ ਪੁੱਛਿਆ ਕਹਿੰਦੇ ਕਿੱਥੋਂ ਆਏ ਆ ਭਾਈ ਕਿੱਥੋਂ ਆਇਆ ਜਾਣੀ ਜਾਣ ਗਰੀਬ ਨਿਵਾਜ ਸਿਆੜ ਨਗਰ ਤੋਂ ਆਇਆ ਬਾਬਾ ਜੀ ਮੁਸਕੁਰਾਏ ਕਹਿੰਦੇ ਕਾਹਤੋਂ ਆਇਆ ਕੀ ਮਹਾਰਾਜ ਦਰਸ਼ਨ ਕਰਨ ਤੇ ਚਰਨ ਪਰਸਣ ਆਇਆ ਗਰੀਬ ਨਿਵਾਜ ਬਾਬਾ ਆਨੰਦ ਸਿੰਘ ਮਹਾਰਾਜ ਮੁਸਕੁਰਾਏ ਕਹਿੰਦੇ ਜੇ ਸੇਵਕ ਭੁੱਲ ਜਾਏ ਤਾਂ ਚੌਂਕੀਦਾਰ ਭੇਜ ਕੇ ਸੱਦ ਲਈਦਾ ਰਮਜ ਮਾਰੀ ਸੰਗਤ ਬੈਠੀ ਆ ਸਾਰੀ
ਕਹਿੰਦੇ ਜੇ ਸੇਵਕ ਭੁੱਲ ਜਾਏ ਚੌਂਕੀਦਾਰ ਭੇਜ ਕੇ ਸੱਦ ਲਈਦਾ। ਬਾਬਾ ਜੀ ਨੂੰ ਆਖਣ ਲੱਗੇ ਸਿਆੜ ਸਾਹਿਬ ਵਾਲਿਆਂ ਨੂੰ, ਕਹਿੰਦੇ ਜਿਹੜੇ ਸੱਪ ਵਾਲੀ ਵਾਰਤਾ ਹੈ ਕਿ ਨਾ ਸੱਪ ਦੇ ਡੱਸਣ ਵਾਲੀ, ਸਾਰੀ ਸੰਗਤ ਨੂੰ ਖੋਲ ਕੇ ਸੁਣਾਓ ਆਖੋ ਸਤਨਾਮ। ਸਾਧ ਸਾਂ ਜੀ ਗਰੀਬ ਨਿਵਾਜ ਬਾਬਾ ਜੀ ਨੇ ਸਿਆੜ ਸਾਹਿਬ ਵਾਲਿਆਂ ਨੇ ਸਾਰੀ ਸੰਗਤ ਦੇ ਵਿੱਚ ਉਹ ਸਾਰੀ ਵਾਰਤਾ ਸਾਧ ਸੰਗਤ ਜੀ ਖੋਲ ਕੇ ਸੁਣਾਈ। ਇਹ ਤਾਂ ਕੌਤਕ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦਾ ਹੀ ਰਚਾਇਆ ਹੋਇਆ ਸੀ, ਕਿਉਂਕਿ ਪਿਛਲੇ ਜਨਮਾਂ ਦੇ ਸੰਯੋਗ ਸੀ। ਭੈਣੀ ਸਾਹਿਬ ਵਾਲੇ ਵੀ ਸਤਿਪੁਰਖ ਆਖਿਆ ਕਰਦੇ, ਕਹਿੰਦੇ ਖਰਾ ਸੋਨਾ ਤਾਂ ਕਲੇਰੀਓ ਹੀ ਮਿਲਦਾ। ਆਖੋ ਸਤਨਾਮ। ਪੂਰਵ ਜਨਮ ਹਮ ਤੁਮਰੇ ਸੇਵਕ ਮਹਾਰਾਜ ਜੀ ਸਤ ਸੰਗਤ ਜੀ। ਤੇ ਜਦੋਂ ਸਾਰੀ ਵਾਰਤਾ ਸੁਣਾਈ ਨਾ, ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਆਪਣੀ ਮੁਬਾਰਕ ਰਸਨਾ ਦੇ ਨਾਲ ਗੁਰਬਾਣੀ ਦੇ ਸ਼ਬਦ ਦੀ ਆਹ ਧਾਰਨਾ ਪੜ੍ਹੀ, ਪੜ੍ਹ ਲਈਏ ਆਪਾਂ ਵੀ। ਕਿਹੜੀ? ਸ਼ੀਤਲ ਨਾਮ ਗੁਰਾਂ ਨੇ ਦੀਆ, ਤਪਤ ਕੜਾ ਬੁਝ ਗਿਆ। ਗੁਰ ਸ਼ੀਤਲ ਨਾਮ ਦਿਓ, ਬਾਬਾ ਜੀ ਨੇ ਆਪਣੇ ਮੁਖਾਰਬਿੰਦ ਤੋਂ ਸ਼ਬਦ ਪੜ੍ਹਿਆ, ਧਾਰਨਾ ਪੜ੍ਹੀ। ਇਸ ਸ਼ਬਦ ਤੋਂ ਗਰੀਬ ਨਿਵਾਜ ਹਜ਼ੂਰ ਦੀ ਪ੍ਰਸੰਨਤਾ ਮਿਲ ਗਈ, ਸਮਝ ਲਈ। ਉਸ ਦਿਨ ਤੋਂ ਹੀ ਗਰੀਬ ਨਿਵਾਜ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੇ ਆਪਣਾ ਤਨ ਮਨ ਧਨ ਸਭ ਕੁਛ ਹੀ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੂੰ ਅਰਪਿਤ ਕਰ ਦਿੱਤਾ। ਆਖੋ ਸਤਨਾਮ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਜਿੱਥੇ ਵੀ ਕਿਤੇ ਬਾਬਾ ਜੀ ਹੁੰਦੇ ਪੂਰਨਮਾਸ਼ੀ ਦਾ ਚਾਹੇ ਸਮਾਗਮ, ਸਾਈਕਲ ਦੇ ਉੱਤੇ ਹੀ ਬਾਬਾ ਜੀ ਸਿਆੜ ਸਾਹਿਬ ਵਾਲੇ ਜਾਇਆ ਕਰਦੇ। 1930 ਦੇ ਵਿੱਚ 70 ਰੁਪਈਏ ਦਾ ਜਪਾਨੀ ਸਾਈਕਲ ਖਰੀਦਿਆ ਸੀ। ਅੱਜ ਵੀ ਉਹ ਸ਼੍ਰੀ ਨਾਨਕ ਸਰ ਆਸ਼ਰਮ 68 ਸਿਆੜ ਬਾਬਾ ਜੀ ਦੀ ਆਸਣ ਦੇ ਉੱਤੇ ਸੁਸ਼ੋਭਿਤ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ, ਜਿਹਦੇ ਉੱਤੇ 10 ਸਾਲ ਬਾਬਾ ਜੀ ਦੀ ਸੰਗਤ ਕਰਦਿਆਂ ਧੰਨ ਬਾਬਾ ਆਨੰਦ ਸਿੰਘ ਜੀ ਜਿੱਥੇ ਵੀ ਹੁੰਦੇ ਮੁਰਸ਼ਦ ਦੇ ਦਰਸ਼ਨ ਕਰਨ ਦੇ ਲਈ ਉਸ ਸਾਈਕਲ ਦੇ ਉੱਤੇ ਹੀ ਪਹੁੰਚਦੇ। ਰਾਤ ਕੱਟੀ ਉੱਥੇ ਭਾਦੋਂ 1933 ਦੀ ਪੂਰਨਮਾਸ਼ੀ। ਅਗਲੇ ਦਿਨ ਸੰਗਤਾਂ ਨੂੰ ਪ੍ਰਸੰਨਤਾ ਮਿਲਿਆ ਕਰਦੀ ਸੀ ਜਾਣ ਦੀ। ਅਤੇ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੇ ਹਜ਼ੂਰੀਏ ਸੀ ਭਾਈ ਰਤਨ ਸਿੰਘ ਜੀ, ਉਹ ਜਿਹੜੇ ਨਵੇਂ ਸੰਗੀ ਹੁੰਦੇ ਸੀ ਉਹਨਾਂ ਨੂੰ ਭਗਤਾਇਆ ਕਰਦੇ ਸੀ। ਸਤ ਸੰਗਤ ਜੀ ਬਾਬਾ ਜੀ ਨੂੰ ਸਿਆੜ ਸਾਹਿਬ ਤੋਂ ਆਏ ਗਰੀਬ ਨਿਵਾਜ ਬਾਬਾ ਜੀ ਨਾਲ ਉਹਨਾਂ ਦੇ ਸਾਥੀ ਦੋਵੇਂ ਜਾਣੇ ਭੁਗਤਾਇਆ, ਅਤੇ ਬਾਬਾ ਜੀ ਨੇ ਕਲੇਰਾਂ ਵਾਲਿਆਂ ਨੇ ਪੁੱਛਿਆ, ਕਹਿੰਦੇ ਨਿਤਨੇਮ ਕੀ ਕਰਦਾ ਹੁੰਦਾ? ਗਰੀਬ ਨਿਵਾਜ ਬਾਬਾ ਜੀ ਸਿਆੜ ਸਾਹਿਬ ਵਾਲੇ ਕਹਿਣ ਲੱਗੇ,
ਪਾਤਸ਼ਾਹੋ ਅੰਮ੍ਰਿਤ ਛਕਿਆ ਖੰਡੇ ਬਾਟੇ ਦੀ ਪੌ ਲਈ ਹੋਈ ਹੈ ਪੰਜ ਪਿਆਰਿਆਂ ਤੋਂ, ਪੰਜ ਬਾਣੀਆਂ ਦਾ ਨਿਤਨੇਮ ਕਰਦਾ, ਸ਼ਾਮ ਨੂੰ ਰਹਿ ਰਾ ਸਾਹਿਬ ਤੇ ਸੌਣ ਵੇਲੇ ਕੀਰਤਨ ਸੁਹਿਲਾ, ਤੇ ਗਰੀਬ ਰਿਵਾਜ ਅਭਿਆਸ ਆ ਜਿਹੜਾ ਉਹ ਸ਼੍ਰੀ ਜਪ ਜੀ ਸਾਹਿਬ ਦੇ ਪਾਠਾਂ ਦਾ ਕਰਦਾ ਹੁੰਦਾ। ਬਾਬਾ ਜੀ ਕਹਿੰਦੇ ਭਾਈ ਬਹੁਤ ਸੋਹਣਾ, ਗ੍ਰਿਸਤੀ ਦੇ ਲਈ ਇੰਨਾ ਹੀ ਬੜਾ ਕੁਝ, ਇੰਨਾ ਹੀ ਬਹੁਤ ਹੈ, ਕੋਈ ਹੋਰ ਫੁਰਨਾ। ਸਤ ਸੰਗਤ ਜੀ, ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੇ ਕਹਿੰਦੇ ਆ, ਬਾਬਾ ਜੀ ਕਹਿੰਦੇ ਮੈਂ ਸਵਾਲ ਕੀਤਾ, ਮੈਨੂੰ ਸ਼ੌਂਕ ਹੈ ਸਿੱਖੀ ਦੇ ਕਮਾਉਣ ਦਾ, ਲੇਖੇ ਵਿੱਚ ਲੱਗੇ ਜ਼ਿੰਦਗੀ, ਉਹ ਮੈਨੂੰ ਸ਼ੌਂਕ ਹੈ ਸਿੱਖੀ ਦੇ ਕਮਾਉਣ ਦਾ, ਲੇਖੇ ਵਿੱਚ ਲੱਗੇ ਜ਼ਿੰਦਗੀ, ਮੈਨੂੰ ਸ਼ੌਂਕ ਹੈ ਸਿੱਖੀ ਦੇ ਕਮਾਉਣ ਦਾ, ਲੇਖੇ ਵਿੱਚ ਲੱਗੇ ਜ਼ਿੰਦਗੀ, ਮੈਨੂੰ ਸ਼ੌਂਕ ਹੈ ਸਿੱਖੀ ਦੇ ਕਮਾਉਣ ਦਾ, ਲੇਖੇ ਵਿੱਚ ਲੱਗੇ ਜ਼ਿੰਦਗੀ, ਮੈਨੂੰ ਸ਼ੌਂਕ ਹੈ ਸਿੱਖੀ ਦੇ ਕਮਾਉਣ ਦਾ, ਲੇਖੇ ਵਿੱਚ ਲੱਗੇ ਜ਼ਿੰਦਗੀ। ਮਹਾਰਾਜ ਜੀ ਨੇ ਕਹਿੰਦੇ ਭਾਈ ਹੋਰ ਫੁਰਨਾ, ਕਹਿੰਦੇ ਗਰੀਬ ਨਿਵਾਜ ਮੈਨੂੰ ਕਿਰਪਾ ਕਰੋ ਜੀ, ਸਿੱਖੀ ਦਾ ਸ਼ੌਂਕ ਹੈ, ਸਿੱਖੀ ਕਮਾਉਣ ਦਾ ਸ਼ੌਂਕ ਹੈ। ਬਾਬਾ ਜੀ ਚੁੱਪ ਰਹੇ, ਬਾਬਾ ਆਨੰਦ ਸਿੰਘ ਮਹਾਰਾਜ ਜੀ ਫਿਰ ਆਖਿਆ, ਕਹਿੰਦੇ ਮਹਾਰਾਜ ਸਿੱਖੀ ਦਾ ਸ਼ੌਂਕ ਹੈ, ਸਿੱਖੀ ਦੇ ਕਮਾਉਣ ਦਾ ਸ਼ੌਂਕ ਹੈ। ਸਾਧ ਸੰਗਤ ਜੀ ਜਦੋਂ ਇਹ ਮੰਗ ਰੱਖੀ ਨਾ, ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ, ਕਹਿੰਦੇ ਅੱਛਾ ਚੰਗਾ, ਫਿਰ ਜੇ ਸਿੱਖੀ ਦਾ ਸ਼ੌਂਕ ਹੈ, ਕਹਿੰਦੇ ਸਿੱਖ ਕੀ ਤੇ ਆਰਾਮ ਕੀ, ਭਿਖਾਰੀ ਕੀ ਤੇ ਮਾਣ ਕੀ। ਸਿੱਖ ਨੂੰ ਆਰਾਮ ਨਹੀਂ, ਬਸ ਫਿਰ ਕੀ ਸੀ, ਮੁਰਸ਼ਦ ਦੇ ਮੁਖਾਰਬਿੰਦ ਤੋਂ ਨਿਕਲਿਆ ਸ਼ਬਦ ਵੀ ਸਿੱਖ ਕੀ ਤੇ ਆਰਾਮ ਕੀ। ਆਰਾਮ ਤਾਂ ਪਹਿਲਾਂ ਹੀ ਨਹੀਂ ਸੀ ਬਾਬਾ ਜੀ ਨੂੰ, ਗਰੀਬ ਨਿਵਾਜ ਸਿਆੜ ਸਾਹਿਬ ਵਾਲਿਆਂ ਨੂੰ ਸਾਰੀ ਸਾਰੀ ਰਾਤ ਨਿਤਨੇਮ ਵਿੱਚ ਰਹਿਣਾ, ਪਰ ਜਦੋਂ ਤੋਂ ਮੁਰਸ਼ਦ ਦੇ ਮੁਖਾਰ ਬਿੰਦ ਤੋਂ ਇਹ ਸ਼ਬਦ ਮਿਲ ਗਿਆ ਨਾ ਵੀ ਆਰਾਮ, ਆਪਣੀ ਜ਼ਿੰਦਗੀ ਦੀ ਡਿਕਸ਼ਨਰੀ ਦੇ ਵਿੱਚੋਂ ਆਰਾਮ ਨਾਮ ਦਾ ਸ਼ਬਦ ਹੀ ਕੱਢ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਵਾਪਸ ਆਏ ਨਾ ਲੁਧਿਆਣੇ, ਸਾਧ ਸੰਗਤ ਜੀ ਕਹਿੰਦੇ ਅਲਾਰਮ ਵਾਲੀ ਘੜੀ ਖਰੀਦ ਲਈ ਉੱਥੋਂ ਤੇ, ਅਲਾਰਮ ਵਾਲੀ ਘੜੀ ਖਰੀਦ ਲਈ ਤੇ ਉਸ ਵੇਲੇ ਜਿਹੜਾ 2 ਵਜੇ ਦਾ ਸਵੇਰ ਵੇਲੇ ਦਾ ਬਾਬਾ ਜੀ ਦਾ ਨਿਤਨੇਮ ਹੁੰਦਾ ਸੀ, ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ ਦੀਜੈ ਬੰਦਗੀ, ਬੰਦਗੀ ਬਸ ਬੰਦਗੀ ਦੀ ਖੈਰ। ਸਤ ਸੰਗਤ ਜੀ ਸਾਰੀ ਜ਼ਿੰਦਗੀ ਮੁਰਸ਼ਦ ਦਾ ਬਚਨ ਕਮਾਇਆ, ਕਿਰਤ ਵੀ ਕਰਨੀ, ਕੰਮ ਕਾਰ ਵੀ ਕਰਨਾ, ਰਾਤ ਨੂੰ ਹਰ ਜਸ ਕਰਨਾ, ਕਥਾ ਕੀਰਤਨ। ਸਤ ਸੰਗਤ ਜੀ ਕਿੰਨੇ ਉਹ ਸੁਭਾਗਾਂ ਵਾਲਾ ਸਮਾਂ ਹੋਊਗਾ ਜਿਨ੍ਹਾਂ ਨੇ ਉਹ ਆਨੰਦ ਮਾਣਿਆ ਨੇੜੇ ਹੋ ਕੇ, ਕਿੰਨੀਆਂ ਉਹ ਭਾਗਾਂ ਵਾਲੀਆਂ ਸੰਗਤਾਂ ਹੋਣਗੀਆਂ। ਬਾਬਾ ਜੀ ਖੁਦ ਕੀਰਤਨ ਕਰਦੇ, ਸੰਗਤ ਸੁਣਨ ਵਾਲੀ ਵੱਡੇ ਭਾਗਾਂ ਵਾਲੀ। ਸਾਧ ਸੰਗਤ ਜੀ ਐਸੀ ਮਹਾਨ ਤਪੱਸਵੀ ਦਰਗਾਹੀ ਰੂਹ ਜਿਹੜੀ ਕਥਾ ਕੀਰਤਨ ਕਰਦੀ, ਉਹਨਾਂ ਦੇ ਮੁਖਾਰ ਬਿੰਦ ਤੋਂ ਸੁਣਦੇ। ਸਾਧ ਸੰਗਤ ਜੀ ਤਾਂ ਤੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਆਸਲ ਸੋਇਨ ਚੌਵਾਰੇ, ਉਹ ਸ਼ੋਭਨੀਕ ਨੇ ਉਹ ਚੁਬਾਰੇ ਵੀ। ਸੰਗਤ ਪਹਿਲਾਂ ਸਵਾਈ ਹੁੰਦੀ,
ਬਾਲ ਸਖਾ ਭਾਈ ਹਜੂਰਾ ਸਿੰਘ ਜੀ, ਜਥੇਦਾਰ ਬਚਨ ਸਿੰਘ ਜੀ, ਹੋਰ ਇਤਿਹਾਸਿਕ ਸੰਗਤਾਂ ਉੱਥੇ ਹੁੰਦੀਆਂ। 8 ਤੋਂ 10 ਵਜੇ ਤੱਕ ਹਰ ਜਸ ਹੁੰਦਾ। 1 ਘੰਟਾ ਬਾਣੀ ਦੀ ਪੂੰਜੀ ਜਿਹਨਾਂ ਨੂੰ ਆਖਿਆ ਜਾਂਦਾ, ਭਾਈ ਗੁਰਦਾਸ ਜੀ ਦੀਆਂ 12 ਦੀਵੇ ਦੀ ਮੱਧਮ ਜੀ ਲੋ ਦੇ ਵਿੱਚ ਇੱਕ ਗੁਰਸਿੱਖ ਭਾਈ ਗੁਰਦਾਸ ਦੀਆਂ 12 ਦੀ ਇੱਕ ਪੰਕਤੀ ਪੜ੍ਹਦਾ, ਗੁਰਨਵਾਜ ਬਾਬਾ ਜੀ ਉਹਨਾਂ ਦੀ ਵਿਆਖਿਆ ਕਰਿਆ ਕਰਦੇ। ਸੰਗਤਾਂ ਸੁਣਦੀਆਂ, ਸਾਧ ਸਾਂ ਜੀ ਆਹ ਲਾਈਟ ਵਾਲੇ ਟਾਈਮ ਨਹੀਂ ਸੀਗੇ, ਸੰਗਤ ਵੱਧਦੀ ਗਈ ਤੇ ਬਾਬਾ ਆਨੰਦ ਸਿੰਘ ਮਹਾਰਾਜ ਦਾ ਬਚਨ ਕਮਾਉਂਦੇ ਗਏ। ਜਿੱਥੇ ਵੀ ਸ਼ੋਅ ਸੁਣਦੀ, ਜਿੱਥੇ ਵੀ ਬਾਬਾ ਆਨੰਦ ਸਿੰਘ ਮਹਾਰਾਜ ਦੀ ਆਮਦ ਸੁਣਦੇ, ਉੱਥੇ ਹੀ ਗਰੀਬ ਨਿਵਾਜ ਬਾਬਾ ਜੀ ਸਿਆੜ ਸਾਹਿਬ ਵਾਲੇ ਪਹੁੰਚਦੇ। ਜਿੱਥੇ ਕਿਤੇ ਵੀ ਪੁੰਨਿਆ ਹੁੰਦੀ ਜਾਂ ਜਿੱਥੇ ਵੀ ਬਾਬਾ ਜੀ ਆਸਣ ਲਾਉਂਦੇ। ਸਾਧ ਸਾਂ ਜੀ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ। ਇੱਕ ਥਾਂ 'ਤੇ ਨਹੀਂ, ਉਦੋਂ ਦਾ ਪੱਛਮੀ ਪੰਜਾਬ, ਪਾਕਿਸਤਾਨ ਦਾ ਝੰਗ, ਮਗਿਆਣਾ, ਦੇਊ, ਸਿਆਲੀ, ਚੂਨੀਆਂ, ਮੁਲਤਾਨ, ਲਾਇਲਪੁਰ, ਬਾਗਾ, ਸ਼ਾਂਗਾ ਮਾਂਗਾ, ਦੀਪਾਲਪੁਰ, ਮਿੰਟ ਗੁਮਰੀ, ਲਾਹੌਰ, ਸ਼ੇਖੂਪੁਰਾ ਇਤਿਆਦਿਕ ਥਾਵਾਂ, ਇਹ ਉਸ ਸਮੇਂ ਦਾ ਸੀ ਪੱਛਮੀ ਪੰਜਾਬ। ਇਹਨਾਂ ਦੇ ਉੱਤੇ ਜ਼ਿਆਦਾਤਰ ਬਾਬਾ ਜੀ ਵਿਚਰਦੇ। ਪੂਰਬੀ ਪੰਜਾਬ, ਸ਼ੇਰਪੁਰਾ ਬਾਬਾ ਜੀ ਦਾ ਜਨਮ ਨਗਰ, ਝੋਰਣਾ, ਜਗਰਾਓਂ, ਰਾਏਕੋਟ, ਬਠਿੰਡਾ, ਭੁੱਚੋ ਮੰਡੀ, ਸ਼੍ਰੀ ਦਮਦਮਾ ਸਾਹਿਬ, ਪਟਿਆਲਾ, ਅੰਮ੍ਰਿਤਸਰ ਸਾਹਿਬ, ਨਗਰੋਟਾ, ਇਸ ਤੋਂ ਬਿਨਾਂ ਸ਼ਿਮਲਾ, ਚਹਿਲ ਕੁਫਰੀ ਹਿਮਾਚਲ ਦੇ ਵਿੱਚ ਨੇ, ਪਿੰਜੌਰ, ਦਿੱਲੀ, ਦੇਹਰਾਦੂਨ, ਸਾਧ ਸਾਂ ਇਤਿਆਦਿਕ ਥਾਵਾਂ ਦੇ ਉੱਤੇ ਬਾਬਾ ਜੀ ਵਿਚਰਦੇ। ਜਿੱਥੇ ਵੀ ਆਮਦ ਸੁਣਦੇ ਗਰੀਬ ਨਿਵਾਜ ਬਾਬਾ ਜੀ ਸਾਈਕਲ ਦੇ ਉੱਤੇ ਹੀ ਜਾਂਦੇ। ਸਾਈਕਲ ਦੇ ਉੱਤੇ ਸਾਧ ਸਾਂ ਜੀ, ਜੇ 200 ਮੀਲ ਦਾ ਪੈਂਡਾ ਹੁੰਦਾ ਤਾਂ 200 ਪਾਠ ਸ਼੍ਰੀ ਜਪਜੀ ਸਾਹਿਬ ਦਾ ਮਹਾਰਾਜ ਜੀ ਸਾਈਕਲ ਦੇ ਉੱਤੇ ਹੀ ਕਰ ਲੈਂਦੇ। ਸਤਿ ਸ਼੍ਰੀ ਅਕਾਲ। ਦਿੱਲੀ ਤਕਰੀਬਨ 300 ਮੀਲ ਹੈ ਸਾਧ ਸੰਗਤ ਜੀ। ਬਾਬਾ ਜੀ ਜਦੋਂ ਉੱਥੇ ਹੁੰਦੇ ਗਰੀਬ ਨਿਵਾਜ ਬਾਬਾ ਜੀ ਸਿਆੜ ਵਾਲੇ, ਸਾਧ ਸੰਗਤ ਜੀ ਸਾਈਕਲ ਤੇ ਜਾਂਦੇ, 300-300 ਪਾਠ ਸ਼੍ਰੀ ਜਪਜੀ ਸਾਹਿਬ ਦਾ ਸਾਈਕਲ ਤੇ ਜਾਂਦੇ, ਮੁਰਸ਼ਦ ਦੇ ਦਰਸ਼ਨਾਂ ਨੂੰ, ਸਾਧ ਸੰਗਤ ਜੀ ਸੰਗਤ ਦੀ ਸੇਵਾ ਕਰਨ ਲਈ, ਸਤਿਗੁਰਾਂ ਦੇ ਚਰਨ ਪਰਸਣ ਦੇ ਲਈ 300-300 ਪਾਠ ਦਾ ਅਭਿਆਸ ਕਰ ਲੈਂਦੇ। ਹੈ ਕੋਈ ਐਸਾ ਨਹੀਂ ਸਾਧ ਸੰਗਤ ਜੀ, ਹਜ਼ੂਰ ਦੀ ਰਸਨਾ ਤੋਂ ਸੁਣਿਆ ਹੋਇਆ ਹੀ ਬਚਨ। ਸਾਧ ਸੰਗਤ ਜੀ ਕਹਿੰਦੇ ਇੱਕ ਵਾਰੀ ਜਦੋਂ ਕਲੇਰਾਂ ਦਰਸ਼ਨ ਕਰਨ ਗਏ ਨਾ, ਸਾਰੀ ਸੰਗਤ ਨੂੰ ਖੁਸ਼ੀਆਂ ਦੇ ਦਿੱਤੀਆਂ ਬਾਬਾ ਜੀ ਨੇ। ਕਹਿੰਦੇ ਭਾਈ ਜਾਓ, ਖੁਸ਼ੀਆਂ ਨੇ ਗਰੀਬ ਨਿਵਾਜ ਬਾਬਾ ਜੀ ਸਿਆੜ ਸਾਹਿਬ ਵਾਲੇ। ਸਾਧ ਸੰਗਤ ਜੀ ਜਦੋਂ ਉਹ ਵੀ ਜਾਣ ਲੱਗੇ ਨਾ, ਉੱਥੇ ਜਿਹੜੇ ਸੁਖਮਨੀ ਸਾਹਿਬ ਪਾਠ ਦੇ ਜਥੇਦਾਰ ਸੀ, ਉਹਨਾਂ ਨੇ ਰੋਕ ਲਿਆ ਬਾਬਾ ਜੀ ਨੂੰ। ਕਹਿੰਦੇ ਭਾਈ ਤੁਸੀਂ ਕਹਿੰਦੇ 5-5, 6-6 ਘੰਟੇ ਅਡੋਲ ਬੈਠੇ ਰਹਿੰਦੇ ਹੋ, ਕੋਈ ਹਿੱਲ ਜੁੱਲ ਨਹੀਂ ਹੁੰਦੀ। ਕਹਿੰਦੇ ਤੁਸੀਂ ਇਉਂ ਕਰੋ, ਸਾਡੇ ਨਾਲ ਸੁਖਮਨੀ ਸਾਹਿਬ ਦਾ ਪਾਠ, ਨਾਲੇ ਤਾਂ ਤੁਹਾਡੀ ਵੀ ਸੇਵਾ ਲੱਗ ਜੂ ਇੱਥੇ। ਕਹਿੰਦੇ ਨਾਲ ਸਾਡੇ ਸੇਵਾ ਕਰਵਾਓ, ਹੱਥ ਜੋੜਤੇ ਰਹਿ ਪਏ ਉੱਥੇ। ਬਾਕੀ ਸੰਗਤ ਆ ਗਈ, ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੇ ਨਜ਼ਰੀ ਪੈ ਗਏ ਬਾਬਾ ਜੀ ਸਿਆੜ ਸਾਹਿਬ ਵਾਲੇ। ਆਵਾਜ਼ ਮਾਰੀ, ਕਹਿੰਦੇ ਬੁਲਾਓ ਉਹਨਾਂ ਨੂੰ, ਆ ਗਏ, ਹੱਥ ਜੋੜ ਲਏ ਗਰੀਬ ਨਿਵਾਜ। ਕਹਿੰਦੇ ਤੈਨੂੰ ਤਾਂ ਛੁੱਟੀਆਂ ਦੇ ਦਿੱਤੀਆਂ ਸੀ, ਤੂੰ ਇੱਥੇ ਕਿਵੇਂ? ਖੁਸ਼ੀਆਂ ਦੇ ਦਿੱਤੀਆਂ ਸੀ ਇੱਥੋਂ। ਸਾਧ ਸਾਂ ਜੀ ਤਾੜਨਾ ਕੀਤੀ, ਜਿਹੜੀ ਤਾੜਨਾ ਹੈ ਮੁਰਸ਼ਦ ਦੀ, ਉਹ ਤਾੜਨਾ ਹੀ ਹੁੰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਗੱਲਾਂ ਬਾਤਾਂ ਨਾਲ ਨੀ ਮਰਨਾ ਪੈਂਦਾ ਦੁਆਰੇ ਦੇ ਉੱਤੇ। ਸਾਧ ਸੰਗਤ ਜੀ, ਬਾਬਾ ਜੀ ਕਹਿੰਦੇ ਤੈਨੂੰ ਤਾਂ ਛੁੱਟੀਆਂ ਮਿਲ ਗਈਆਂ ਸੀ, ਤੂੰ ਕਿਉਂ ਰੁਕਿਆ ਇੱਥੇ? ਜਿਹੜੇ ਸੁਖਮਨੀ ਸਾਹਿਬ ਦੇ ਜਥੇਦਾਰ ਸੀ ਕਿ ਨਾ, ਉਹ ਅੱਗੇ ਹੋ ਗਏ, ਉਹ ਕਹਿਣ ਮਹਾਰਾਜ ਅਸੀਂ ਇਹਨਾਂ ਨੂੰ ਰੋਕਿਆ ਸੀ, ਬਾਬਾ ਜੀ ਨੇ ਕੋਈ ਗੱਲ ਨੀ ਸੁਣੀ। ਸਾਧ ਸੰਗਤ ਜੀ, ਗਰੀਬ ਨਿਵਾਜ ਬਾਬਾ ਜੀ ਨਿਮਰਤਾ ਦੇ ਵਿੱਚ, ਸਾਧ ਸੰਗਤ ਜੀ ਕਹਿੰਦੇ ਕਿਉਂ ਰੁਕਿਆ? ਚੁੱਪ ਰਹੇ,
ਤੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਤੂੰ ਗ੍ਰਹਿਸਤੀ ਹੈ, ਕਹਿੰਦੇ ਤੈਂ ਇੱਥੇ ਨਹੀਂ ਰਹਿਣਾ, ਤੂੰ ਗ੍ਰਹਿਸਤੀ ਹੈ, ਤੂੰ ਇੱਥੇ ਨਹੀਂ ਰਹਿਣਾ। ਜੋ ਵੀ ਮੁਰਸ਼ਦ ਦੇ ਮੁਖਾਰ ਬਿੰਦ ਤੋਂ ਬਚਨ ਸੁਣਦੇ ਨਾ, ਬਸ ਸਾਰੀ ਜ਼ਿੰਦਗੀ ਉਹਨੂੰ ਪੱਲੇ ਬੰਨ੍ਹ ਲੈਂਦੇ, ਕਮਾਇਆ ਹੀ ਆ। ਸਾਧ ਸੰਗਤ ਜੀ ਇਹ ਸੁਣ ਲਿਆ ਵੀ ਬਚਨ ਵੀ ਤੂੰ ਗ੍ਰਹਿਸਤੀ ਹੈ, ਇੱਥੇ ਨਹੀਂ ਰਹਿਣਾ, ਸਾਰੀ ਜ਼ਿੰਦਗੀ ਪੂਰਨ ਰੂਪ ਦੇ ਵਿੱਚ ਬਾਬਾ ਜੀ ਨੇ ਕਮਾਏ। ਜਦੋਂ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਝੋਰੜਾਂ ਵਾਲੇ ਸ਼੍ਰੀ ਨਾਨਕ ਸਾਹਿਬ ਕਲੇਰਾਂ ਬਾਬਾ ਆਨੰਦ ਸਿੰਘ ਜੀ ਦੇ ਸੱਚਖੰਡ ਚੋਲਾ ਬਦਲਣ ਤੋਂ ਬਾਅਦ ਸੰਗਤ ਦੀ ਸੇਵਾ ਸੰਭਾਲ ਕਰ ਰਹੇ ਨੇ, ਬਾਬਾ ਜੀ ਦਾ ਹੀ ਰੂਪ ਬਣੇ ਹੋਏ ਨੇ। 1963 ਦੇ ਵਿੱਚ ਬਾਬਾ ਈਸ਼ਰ ਸਿੰਘ ਜੀ ਨੇ ਚੋਲਾ ਬਦਲਿਆ। ਸਾਧ ਸੰਗਤ ਜੀ ਸਾਰੀ ਸੰਗਤ ਨੇ ਰਲ ਕੇ ਪਰਮ ਪੂਜਨੀ ਗਰੀਬ ਨਿਵਾਜ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਨਾਨਕ ਸਰ ਆ ਕਰਕੇ ਸੰਗਤ ਦੀ ਸੇਵਾ ਸੰਭਾਲ ਕਰੋ। ਬੇਨਤੀ ਕੀਤੀ ਸਾਧ ਸੰਗਤ ਜੀ ਕਿਹੜੀ ਬਾਬਾ ਜੀ ਨੂੰ ਸਥਾਪਿਤ ਕਰਨ ਲਈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਰੀਬ ਨਿਵਾਜ ਬਾਬਾ ਜੀ ਨੇ ਸਿਆੜ ਸਾਹਿਬ ਵਾਲਿਆਂ ਨੇ ਪਤਾ ਬਚਨ ਕੀ ਆਖਿਆ ਸੰਗਤ ਨੂੰ? ਕਹਿੰਦੇ ਨਹੀਂ, ਮੇਰੇ ਮੁਰਸ਼ਦ ਦੇ ਬਚਨ ਨੇ ਮੇਰੇ ਲਈ, ਤੂੰ ਗ੍ਰਹਿਸਤੀ ਹੈ, ਇਹ ਸਥਾਨ ਬ੍ਰਹਮਚਾਰੀਆਂ ਦਾ ਹੈ, ਤੂੰ ਇੱਥੇ ਨਹੀਂ ਰਹਿਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਦੇ ਪਾਸ ਸਮੇਂ ਦੇ ਉੱਤੇ ਸਾਰੇ ਪਰਿਵਾਰ ਦੀ ਹਾਜ਼ਰੀ ਲਵਾਈ ਬਾਬਾ ਜੀ ਨੇ, ਸਿਆੜ ਸਾਹਿਬ ਵਾਲਿਆਂ ਨੇ, ਬਾਬਾ ਜੀ ਸਤਸੰਗ ਜੀ ਉਹਨਾਂ ਦੇ ਜੀਵਨ ਸਾਥੀ ਬੇਬੇ ਰਾਏ ਕੌਰ ਜੀ, ਮਾਤਾ ਪਿਤਾ, ਭੈਣ ਭਣੋਈਆ, ਨਾਨਕਾ ਪਰਿਵਾਰ, ਸਭ ਦੀ ਹੀ ਵਾਰੀ ਵਾਰੀ ਬਾਬਾ ਆਨੰਦ ਸਿੰਘ ਜੀ ਦੇ ਪਾਸ ਹਾਜ਼ਰੀ ਲਵਾਈ। ਬਖਸ਼ਿਸ਼ਾਂ ਦੇ ਭੰਡਾਰੇ ਆ ਜਿਹੜੇ ਉਹਨਾਂ ਪਾਸੋਂ ਝੋੜੀਆਂ ਵਿੱਚ ਪਵਾਏ। 1934 ਦਾ ਜ਼ਿਕਰ ਗਰੀਬ ਨਿਵਾਜ ਬਾਬਾ ਜੀ ਦੀ ਮੁਬਾਰਕ ਰਸਨਾ ਤੋਂ ਹੀ ਸੁਣਿਆ ਹੋਇਆ ਬਚਨ, ਕਹਿੰਦੇ ਮੇਰੇ ਤੋਂ ਪੂਰੇ 13 ਮਹੀਨੇ ਬਾਅਦ ਧੰਨ ਬਾਬਾ ਈਸ਼ਰ ਸਿੰਘ ਜੀ ਝੋਰੜਾਂ ਵਾਲੇ ਜਿਨ੍ਹਾਂ ਦਾ ਪਹਿਲਾ ਨਾਮ ਇੰਦਰ ਸਿੰਘ ਸੀ, ਉਹ ਬਾਬਾ ਜੀ ਦੀ ਸੇਵਾ ਦੇ ਵਿੱਚ ਆਏ। ਮੇਰੇ ਤੋਂ 13 ਮਹੀਨੇ ਬਾਅਦ ਆ ਗਏ ਨੇ, ਪਰ ਮੁੜ ਕੇ ਉਹ ਘਰੇ ਨਹੀਂ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਸੂ ਮਹੀਨੇ 1934 ਦੇ ਵਿੱਚ ਬਾਬਾ ਜੀ ਸਾਧ ਸੰਗਤ ਜੀ ਬਾਬਾ ਈਸ਼ਰ ਸਿੰਘ ਜੀ ਐਸੀਆਂ ਕਮਾਈਆਂ ਵਾਲੀਆਂ ਕਿਤੇ ਕਮਾਈਆਂ ਧਰੀਆਂ ਪਈਆਂ ਨੇ, ਜੇ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾਂ। ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਦੇ ਬਾਬਤ ਗਰੀਬ ਨਿਵਾਜ ਸਿਆੜ ਸਾਹਿਬ ਵਾਲੇ ਬਾਬਾ ਜੀ ਬਚਨ ਕਰਿਆ ਕਰਦੇ, ਕਹਿੰਦੇ ਉਹ ਮੇਰੇ ਵੀਰ ਵੀ ਨੇ ਤੇ ਮੇਰੇ ਪੀਰ ਵੀਰ ਵੀ। ਸਾਧ ਸੰਗਤ ਜੀ ਮੇਰੇ ਗੁਰਵੀਰ, ਕਿਉਂਕਿ ਅਸੀਂ ਇੱਕੋ ਹੀ ਮੁਰਸ਼ਦ ਦੇ ਸੇਵਕ ਹਾਂ, ਤੇ ਪੀਰ ਮੇਰੇ, ਕਿਉਂਕਿ ਇਹ ਮੇਰੇ ਮੁਰਸ਼ਦ ਦੀ ਗੱਦੀ ਦੇ ਉੱਤੇ ਆ, ਮੇਰੇ ਮੁਰਸ਼ਦ ਦੀ ਅਸਥਾਨ ਦੇ ਉੱਤੇ ਹੈ। ਹੁਣ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ ਸਤ ਸੰਗਤ ਜੀ ਸਿਆੜ ਸਾਹਿਬ ਵਾਲੇ ਸਤ ਪੁਰਸ਼ਾਂ ਨੂੰ ਭਾਈ ਸਾਹਿਬ ਕਹਿ ਕੇ ਸੰਬੋਧਨ ਕਰਿਆ ਕਰਦੇ, ਬਾਕੀ ਸਾਰਿਆਂ ਬਹਿੰਗਵਾਂ ਦੀਆਂ ਕੁਟੀਆਂ ਹੁੰਦੀਆਂ ਸੀ ਆਰਾਮ ਕਰਨ ਦੇ ਲਈ, ਪਰ ਬਾਬਾ ਈਸ਼ਰ ਸਿੰਘ ਜੀ ਦੀ ਕੋਈ ਕੁਟੀਆ ਨਹੀਂ ਸੀ। ਬਸ ਬਾਬਾ ਜੀ ਦੇ ਭੋਰਾ ਸਾਹਿਬ ਦੇ ਬਾਹਰ ਹੀ ਬੋਰੀ ਵਿਛਾਈ ਹੋਣੀ, ਉੱਥੇ ਹੀ ਖੜ ਜਾਣਾ, ਢੋ ਲਾ ਕੇ ਐਸੀ ਸੇਵਾ ਕੀਤੀ, ਸਿਰ ਪੈਰਾਂ ਦੀ ਖਬਰ ਨਾ ਕੋਈ, ਵਿੱਚ ਮੁਹੱਬਤ ਤੇਰੀ ਹੈ ਕੋਈ? ਸਾਧ ਸੰਗਤ ਜੀ ਬਸ ਹੁਕਮ ਦੀ ਉਡੀਕ ਦੇ ਵਿੱਚ ਹਰ ਸਮੇਂ ਖੜੇ ਰਹਿੰਦੇ ਬਾਬਾ ਈਸ਼ਰ ਸਿੰਘ ਜੀ। ਕਦੋਂ ਮੁਰਸ਼ਦ ਦੇ ਮੁਖਾਰ ਬਿੰਦ ਤੋਂ ਹੁਕਮ ਆਉਂਦਾ, ਪੈਰਾਂ ਵਿੱਚ ਵਿਆਈਆਂ ਪੈ ਜਾਂਦੀਆਂ, ਵਿਆਈਆਂ ਫਟ ਜਾਂਦੀਆਂ, ਪਰ ਕੋਈ ਪਰਵਾਹ ਨਹੀਂ।
ਥੱਕੇ ਹਾਰੇ ਨੂੰ ਜਦੋਂ ਕਿਤੇ ਮਾੜਾ ਮੋਟਾ ਢੋਂਕਾ ਲੱਗਣਾ, ਬਾਬਾ ਜੀ ਦੇ ਭੋਰਾ ਸਾਹਿਬ ਦੇ ਰੋਸ਼ਨਦਾਨ ਦੇ ਕੋਲ ਉੱਥੇ ਹੀ ਬੋਰੀ ਵਿਛਾਈ ਹੋਣੀ। ਸਾਧ ਸੰਗਤ ਜੀ, ਇਹ ਉਹਨਾਂ ਰੰਗ ਰਤੜੀਆਂ ਰੂਹਾਂ ਤੇ ਗਰੀਬ ਨਵਾਜ ਬਾਬਾ ਜੀ ਸਾਹਿਬ ਜੀ ਨੇ ਆਖਿਆ, ਬਾਬਾ ਆਨੰਦ ਸਿੰਘ ਜੀ ਨੇ ਕਹਿੰਦੇ, ਦੇਖੀ ਨਾਮ ਮੀਹਾਂ ਸਿੰਘ ਰਖਾ ਕੇ ਰਹਿਮਤਾਂ ਦਾ ਮੀਂਹ ਕਿਤੇ ਪਿੰਡ ਚ ਹੀ ਨਾ ਵਰਾਈ ਜਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਤੂੰ ਤਾਂ ਦੇਸਾਂ ਪ੍ਰਦੇਸਾਂ ਦੇ ਵਿੱਚ ਜਾ ਕਰਕੇ ਬਾਣੀ ਰਹਿਮਤਾਂ ਦਾ ਮੀਂਹ ਬਰਸਾਉਣਾ ਹੈ, ਸਾਰੇ ਜੱਗ ਵਿੱਚ ਨਾਮ ਜਪਾਵੀ ਧੰਨ। ਸਾਧ ਸੰਗਤ ਜੀ, ਅਸ਼ੀਸ਼ਾਂ ਬਖਸ਼ਿਸ਼ਾਂ ਦਿੱਤੀਆਂ। ਕਹਿੰਦੇ ਇਕੱਲੇ ਨਗਰ ਵਿੱਚ ਹੀ ਨਹੀਂ, ਇਲਾਕੇ ਵਿੱਚ ਨਹੀਂ, ਦੇਸਾਂ ਪ੍ਰਦੇਸਾਂ ਦੇ ਵਿੱਚ ਫੁਰ ਆਪ ਜੀ ਨੇ ਜਾ ਕਰਕੇ ਗੁਰੂ ਨਾਨਕ ਦੇ ਨਾਮ ਦਾ ਹੋਕਾ ਦੇਣਾ ਭੁੱਲੇ ਹੋਏ ਲੋਕਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੋੜਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਬਾਬਾ ਆਨੰਦ ਸਿੰਘ ਮਹਾਰਾਜ ਆਏ ਹੋਏ ਨੇ ਰਾੜਾ ਸਾਹਿਬ ਦੀ ਧਰਤੀ ਤੇ, ਉੱਥੋਂ ਫਿਰ ਗੱਡੀ ਵਿੱਚ ਬੈਠ ਕੇ ਸਾਰਿਆਂ ਨੂੰ ਫਤਿਹ ਬੁਲਾਈ। ਸਾਧ ਸੰਗਤ ਜੀ, ਫਿਰ ਉਹ ਜਿਹੜੀ ਰਮਜ ਮਾਰੀ ਸੀ ਨਾ ਬਾਬਾ ਜੀ ਨੇ ਕਲੇਰਾਂ ਵਾਲਿਆਂ ਨੇ, ਉਸ ਰਮਜ ਤੇ ਉਸ ਇਸ਼ਾਰੇ ਦੇ ਉੱਤੇ ਨਗਰ ਤੋਂ ਲਹਿੰਦੀ ਵੱਲ ਨੂੰ ਗਰੀਬ ਨਿਵਾਜ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੇ ਸ਼੍ਰੀ ਨਾਨਕ ਸਰ ਆਸ਼ਰਮ ਠਾਠ ਸਿਆੜ ਦੀ ਸਿਰਜਣਾ ਕੀਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਜਦੋਂ ਦਿੱਲੀ ਵੀ ਬਾਬਾ ਜੀ ਜਾਂਦੇ ਰਹਿੰਦੇ, ਦੋ ਪੂਰਨਮਾਸੀਆਂ ਤਕਰੀਬਨ ਦਿੱਲੀ ਮਨਾਈਆਂ। ਜਦੋਂ ਪਹਿਲੀ ਵਾਰੀ ਗਏ ਮਜਨੂੰ ਟਿੱਲੇ ਜਮਨਾ ਪਾਰ ਕਰਨ ਦੇ ਲਈ, ਉੱਥੇ ਜਿਹੜਾ ਮੁਸਲਮਾਨ ਮਲਾਹ ਸੀ ਉਹਦੀ ਬੇੜੀ ਦੇ ਵਿੱਚ ਬੈਠੇ 6-7 ਹੋਰ ਸਾਧ ਸੰਗਤ ਜੀ ਸਰੀਰ ਨੇ ਅੱਗੇ ਚਲੇ ਗਏ। ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਉੱਥੋਂ ਮਿੱਟੀ ਹੱਥ ਦੇ ਨਾਲ ਚੁੱਕੀ, ਉਸ ਮਿੱਟੀ ਨੂੰ ਸੁੰਘਿਆ, ਸੁੱਟ ਦਿੱਤੀ, ਕਹਿੰਦੇ ਅੱਗੇ ਚੱਲੋ।
ਅੱਗੇ ਚਲੇ ਗਏ, ਫਿਰ ਉੱਥੋਂ ਥੋੜੀ ਦੂਰ ਅੱਗੇ ਜਾ ਕੇ ਫਿਰ ਮਿੱਟੀ ਚੁੱਕੀ, ਫਿਰ ਸੁੰਗੀ, ਕਹਿੰਦੇ ਨਹੀਂ, ਫਿਰ ਅੱਗੇ ਚਲੇ ਗਏ, ਤਿੰਨ ਵਾਰੀ ਐਵੇਂ ਸੁੱਟ ਦਿੱਤੀ, ਫਿਰ ਜਦੋਂ ਅੱਗੇ ਜਾ ਕੇ ਸੁੰਗੀ, ਕਹਿੰਦੇ ਹਾਂ ਇੱਥੋਂ ਨਾਮ ਦੀ ਖੁਸ਼ਬੂ ਆਉਂਦੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੱਥੇ ਨੂੰ ਲਾ ਲਈ, ਦੋ ਪੂਰਨਮਾਸ਼ੀਆਂ ਉੱਥੇ ਲਾਈਆਂ, ਜਦੋਂ ਬਾਬਾ ਜੀ ਸਿਆੜ ਸਾਹਿਬ ਵਾਲੇ ਨਾਲ 12-13 ਹੋਰ ਸਰੀਰ ਉੱਥੇ ਗਏ ਹੋਏ ਨੇ, ਤੇ ਜਦੋਂ ਖੁਸ਼ੀਆਂ ਦੇ ਰਹੇ ਨੇ ਜਾਣ ਦੀਆਂ ਵਾਪਸੀ ਵੇਲੇ, ਤੇ ਬਾਬਾ ਜੀ ਨੂੰ ਮੁਖਾਤਬ ਕਰਕੇ, ਸਿਆੜ ਸਾਹਿਬ ਵਾਲੀ ਸੰਗਤ ਨੂੰ ਮੁਖਾਤਬ ਕਰਦੇ ਹੋਏ ਬਚਨ ਕੀਤਾ, ਸਾਰਿਆਂ ਦੇ ਨਾਮ ਪੁੱਛੇ, ਤੇ ਇਹ ਬਚਨ ਕੀਤਾ, ਕਹਿੰਦੇ ਤੁਹਾਨੂੰ ਇੱਥੇ ਦੀ ਸੇਵਾ ਦਿੱਤੀ, ਆਉਣ ਵਾਲੇ ਸਮੇਂ ਵਿੱਚ ਕਹਿੰਦੇ ਤੁਸੀਂ ਇੱਥੇ ਸੇਵਾ ਕਰਨੀ। ਸਾਧ ਸੰਗਤ ਜੀ, 8-60 ਤੀਰਥ ਜਿੱਥੇ ਰੱਬ ਦਾ ਪਿਆਰਾ, ਬੰਦਗੀ ਕਰਨ ਵਾਲਾ, ਪਰਮੇਸ਼ਰ ਦੀ ਇਬਾਦਤ ਕਰਨ ਵਾਲੇ, ਉਹਨਾਂ ਦੇ ਚਰਨ ਪੈ ਜਾਣ, 68 ਤੀਰਥ ਉੱਥੇ ਆ ਜਾਂਦੇ ਨੇ ਸਾਧ ਸੰਗਤ ਜੀ, ਜਿੱਥੇ ਮਹਾਂਪੁਰਖ ਆਪਣੇ ਚਰਨ ਵੀ ਪਾ ਦੇਣ, ਤੇ ਉਸ ਲਗਾਈ ਹੋਈ ਸੇਵਾ ਦੇ ਉੱਤੇ ਹੀ ਫੁੱਲ ਚਾੜਦਿਆਂ ਹੋਇਆਂ 1982 ਦੇ ਵਿੱਚ ਗਰੀਬ ਨਿਵਾਜ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੇ ਵਜ਼ੀਰਾਬਾਦ 68 ਸ਼੍ਰੀ ਨਾਨਕਸਰ ਆਸ਼ਰਮ 68 ਵਜ਼ੀਰਾਬਾਦ, ਜਿਹੜੀ ਜਮੁਨਾ ਦੇ ਕੰਢੇ 'ਤੇ ਆ, ਉਹਦੀ ਸਿਰਜਣਾ ਕੀਤੀ, ਸੇਵਾ ਉਹਦੀ ਆਰੰਭ ਕੀਤੀ। ਸਾਧ ਸੰਗਤ ਜੀ, ਜਿੱਥੇ ਜੋ ਵੀ ਮੁਰਸ਼ਦ ਤੋਂ ਬਚਨ ਮਿਲਦਾ, ਬਸ ਤਤਪਰ ਰਹਿੰਦੇ ਕਮਾਉਣ ਦੇ ਲਈ।